ਜੈ ਸ਼੍ਰੀ ਰਾਮ। ਪੰਜ ਸੌ ਸਾਲਾਂ ਦੇ ਲੰਬੇ ਸੰਘਰਸ਼ ਤੋਂ ਬਾਅਦ ਲਗਭਗ 3 ਲੱਖ ਰਾਮ ਭਗਤਾਂ ਦੇ ਬਲੀਦਾਨ ਤੋਂ ਬਾਅਦ 22 ਜਨਵਰੀ ਨੂੰ ਦੇਸ਼ ਦੇ ਉਜਸਵੀ ਤੇਜਸਵੀ ਪ੍ਰਧਾਨ ਮੰਤਰੀ ਨਰਿੰਦਰ ਭਾਈ ਮੋਦੀ ਜੀ ਨੇ ਅਯੋਧਿਆ ਰਾਮ ਸਥਲੀ ਦੇ ਅੰਦਰ ਭਗਵਾਨ ਰਾਮ ਜੀ ਦੇ ਵਿਗ੍ਰਹਿ ਦਾ ਦੀ ਪ੍ਰਾਣ ਪ੍ਰਤਿਸ਼ਠਾ ਕੀਤੀ ਔਰ ਉਸ ਤੋਂ ਬਾਅਦ ਪੂਰੇ ਦੇਸ਼ ਦੇ ਅੰਦਰ ਇੱਕ ਰਾਮ ਲਹਿਰ ਚੱਲ ਰਹੀ ਹੈ ਔਰ ਇਕੱਲਾ ਉਦਘਾਟਨ ਹੀ ਨਹੀਂ ਕੀਤਾ ਮੰਦਿਰ ਦਾ ਰਾਮ ਭਗਤ ਸੁਚਾਰੂ ਰੂਪ ਦੇ ਅੰਦਰ ਭਗਵਾਨ ਰਾਮ ਲਲਾ ਦੇ ਦਰਸ਼ਨ ਕਰ ਪਾਉਣ ਜਿੱਥੇ ਰਾਮ ਖੇਲੇ ਨੇ ਜਿੱਥੇ ਰਾਮ ਪ੍ਰਗਟ ਹੋਏ ਨੇ ਉੱਥੋਂ ਦੀ ਰਾਜ ਨੂੰ ਆਪਣੇ ਮਸਤਕ ਤੇ ਲਗਾ ਪਾਉਣ ਕਿਉਂਕਿ ਸਾਡੇ ਜੀਵਨ ਦੀ ਸ਼ੁਰੂਆਤ ਰਾਮ ਹੈ ਸਾਡੇ ਜੀਵਨ ਦਾ ਅੰਤ ਰਾਮ ਹੈ ਔਰ ਰਾਮ ਸਾਡੇ ਲਈ ਆਸਥਾ ਦਾ ਕੇਂਦਰ ਨੇ ਇਹਦਾ ਪੂਰਾ ਪ੍ਰਬੰਧ ਕੀਤਾ ਕਿ ਪੂਰੇ ਦੇਸ਼ ਦੇ ਕੋਨੇ ਕੋਨੇ ਤੋਂ ਰਾਮ ਭਗਤ ਅਯੋਧਿਆ ਦੇ ਅੰਦਰ ਦਿਵਯ ਮੰਦਿਰ ਦੇ ਦਰਸ਼ਨ ਕਰ ਸਕਣ ਉਹਦੇ ਹੀ ਤਹਿਤ ਅੱਜ ਪਠਾਨਕੋਟ ਤੋਂ ਟ੍ਰੇਨ ਜਿਹੜੀ ਆ ਉਹ ਜਾ ਰਹੀ ਹੈ ਮਨਜੀਤ ਸਿੰਘ ਰਾਏ ਜ਼ਿਲ੍ਹਾ ਜਗਜੀਤ ਰਕੇਸ਼ ਜੀ ਅਨਿਲ ਵਾਸੁਦੇਵਾ ਜੀ ਭੈਣ ਕਸ਼ਮ ਔਰ ਬਾਕੀ ਪਾਰਟੀ ਦੇ ਸਭ ਬੜੇ ਨੇਤਾ ਬਡਾਲਾ ਸਾਹਿਬ ਜਨਰਲ ਸਕੱਤਰੀ ਸਾਹਿਬ ਪਾਰਟੀ ਦੇ ਸਭ ਰਾਮਪਾਲ ਸਾਰੀ ਪਾਰਟੀ ਦੇ ਲੋਕ ਅੱਜ ਇਹਨਾਂ ਨੂੰ ਝੰਡੀ ਦਿਖਾਉਣ ਲਈ ਇੱਥੇ ਆਏ ਨੇ ਇਹਨਾਂ ਦੀ ਯਾਤਰਾ ਸੁਖਦ ਹੋਏ ਭਗਵਾਨ ਰਾਮ ਸਭ ਤੇ ਕਿਰਪਾ ਕਰਨ ਭਗਵਾਨ ਰਾਮ ਪੰਜਾਬ ਤੇ ਕਿਰਪਾ ਕਰਨ ਪੰਜਾਬ ਸਮ੍ਰਿੱਧ ਹੋਏ ਸੁਦ੍ਰਿੜ ਹੋਏ ਪੰਜਾਬ ਦਾ ਭਾਈਚਾਰਾ ਮਜ਼ਬੂਤ ਹੋਏ ਔਰ ਭਗਵਾਨ ਰਾਮ ਜੀ ਦੀ ਕਿਰਪਾ ਮੇਰੇ ਪੰਜਾਬ ਤੇ ਮੇਰੇ ਦੇਸ਼ ਤੇ ਔਰ ਵਿਸ਼ੇਸ਼ ਕਰਕੇ ਨਰਿੰਦਰ ਭਾਈ ਮੋਦੀ ਤੇ ਭਗਵਾਨ ਰਾਮ ਦੀ ਕਿਰਪਾ ਹੈ ਜਿਨ੍ਹਾਂ ਨੇ ਉਹਨਾਂ ਨੂੰ ਮਾਧਿਅਮ ਬਣਾਇਆ ਸਾਡੀ ਇਸ ਯਾਤਰਾ ਦਾ ਜਿਨ੍ਹਾਂ ਦੇ ਦੁਆਰਾ ਐਡਾ ਭਵ ਦਿਵਯ ਮੰਦਿਰ ਜਿਹੜਾ ਉਹ ਬਣਿਆ ਔਰ ਉਹਨਾਂ ਦੇ ਕਰ ਕਮਲਾਂ ਨਾਲ ਅਸੰਖਿਆ ਸੰਤ ਸਾਧੂ ਸਮਾਜ ਦੇ ਮੌਜੂਦਗੀ ਦੇ ਅੰਦਰ ਉਹ ਪ੍ਰਾਣ ਪ੍ਰਤਿਸ਼ਠਾ ਹੋਈ ਹੈ ਆਓ ਮਿਲ ਕੇ ਉਹਨਾਂ ਦੀ ਸਿਹਤ ਦੇ ਲਈ ਉਹਨਾਂ ਦੀ ਕਾਮਯਾਬੀ ਦੇ ਲਈ ਕਿ ਉਹਨਾਂ ਦੇ ਨੇਤ੍ਰਿਤਵ 'ਚ ਇਹ ਦੇਸ਼ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਰਾਸ਼ਟਰ ਬਣੇ ਔਰ ਇਹ ਦੇਸ਼ ਜਿਹਦੀ ਪਹਿਚਾਣ ਰਾਮ ਹੈ ਆਪਣੇ ਮੈਂ ਦੇਖ ਰਿਹਾ ਸੀ ਟ੍ਰੇਨ 'ਚ ਬਜ਼ੁਰਗ ਮਾਤਾਵਾਂ ਭੈਣਾਂ ਬੱਚੇ ਰਾਮਮਈ ਹੋਏ ਪਏ ਨੇ ਔਰ ਨਰਿੰਦਰ ਮੋਦੀ ਜਿਸ ਪ੍ਰਕਾਰ ਇਹ ਕਹਾਣੀਆਂ ਸੁਣਦੇ ਸੀ ਨਾ ਸ਼ਰਵਣ ਪੁੱਤਰ ਬਣ ਕੇ ਆਪਣੇ ਮਾਤਾ ਪਿਤਾ ਨੂੰ ਸਾਰੇ ਤੀਰਥਾਂ ਦੀ ਯਾਤਰਾ ਕਰਾਈ ਸੀ ਇਹਦਾ ਹੀ ਨਰਿੰਦਰ ਮੋਦੀ ਪ੍ਰਧਾਨ ਸੇਵਕ ਦੇ ਰੂਪ 'ਚ ਆਪਣੇ ਮਾਤਾ ਭੈਣਾਂ ਬੱਚਿਆਂ ਨੂੰ ਰਾਮ ਜੀ ਨਗਰੀ ਤੱਕ ਲੈਣ ਦਾ ਸਾਧਨ ਮੇਰਾ ਨਾਮ ਅਨਿਲ ਕੁਮਾਰ ਮਹਾਜਨ ਪਿੰਡ ਕਰੋਲੀ BPO ਕਰੋਲੀ ਡਿਸਟ੍ਰਿਕਟ ਪਠਾਨਕੋਟ ਅੱਜ ਸਾਨੂੰ ਬੜਾ ਹੀ ਵਧੀਆ ਦਿਨ ਲੱਗਿਆ ਹੈ ਮਿਲਿਆ ਹੈ
ਠੀਕ ਹੈ ਜੀ, ਸ਼੍ਰੀ ਰਾਮ ਜਨਮ ਭੂਮੀ ਦੇਖਣ ਵਾਸਤੇ। ਸ਼੍ਰੀ ਨਰਿੰਦਰ ਮੋਦੀ ਜੀ ਨੇ ਜਿਹੜੀ ਇਹ ਮੁਹਿੰਮ ਚਲਾਈ ਹੈ ਬਹੁਤ ਵਧੀਆ ਹੈ, ਇਹਦੇ ਵਿੱਚ ਗਰੀਬ ਆਦਮੀ ਵੀ ਸ਼੍ਰੀ ਰਾਮ ਮੰਦਿਰ ਜੀ ਦੇ ਦਰਸ਼ਨ ਕਰ ਸਕਦਾ ਹੈ। ਸਾਨੂੰ ਬਹੁਤ ਵਧੀਆ ਲੱਗ ਰਿਹਾ ਹੈ, ਅਸੀਂ ਬਹੁਤ ਸੁਭਾਗਯ ਵਾਲੇ ਹਾਂ ਕਿ ਜਿਨ੍ਹਾਂ ਨੂੰ ਇਹ ਮੌਕਾ ਮਿਲਿਆ ਹੈ ਸ਼੍ਰੀ ਰਾਮ ਮੰਦਿਰ ਜਾਣ ਦਾ। ਜੀ ਕਿੰਨਾ ਕਿਰਾਇਆ ਜਿਹੜਾ ਹੈ? 1500 ਰੁਪਇਆ ਕਿਰਾਇਆ ਹੈ ਜੀ, ਔਰ ਕਿਰਾਇਆ ਨਾ ਮਾਤਰ ਹੈ, ਠੀਕ ਹੈ ਜੀ। ਇਹਦੇ ਵਿੱਚ ਕਿਸੇ ਨੂੰ ਵੀ 1500 ਰੁਪਇਆ ਕਿਰਾਇਆ ਪਿੰਚ ਨਹੀਂ ਕਰਦਾ।